ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਮਿੰਨੀ ਬੱਸ ਖੇਤ ਵਿੱਚ ਪਲਟ ਗਈ, ਜਿਸ ਦੇ ਨਾਲ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਮਿੰਨੀ ਬੱਸ ਜੋ ਸੰਘਣੀ ਧੁੰਦ ਦੇ ਨਾਲ ਖੇਤ ਵਿੱਚ ਪਲਟ ਗਈ, ਔਰ ਦੂਜਾ ਇਹ ਸੜਕ ਬੇਹੱਦ ਘੱਟ ਚੌੜੀ ਹੈ, ਜਿਸ ਕਰਕੇ ਜੇਕਰ ਅੱਗੇ ਕੋਈ ਵਾਹਨ ਆ ਜਾਂਦਾ ਤਾਂ ਲੰਘਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਤਾਂ ਇੱਕ ਸੰਘਣੀ ਧੁੰਦ ਸੀ ਜਿਸ ਕਰਕੇ ਇਹ ਮਿੰਨੀ ਬੱਸ ਖੇਤ ਵਿੱਚ ਪਲਟ ਗਈ, ਰੌਲਾ ਪੈ ਗਿਆ, ਆਲੇ ਦੁਆਲੇ ਇਕੱਠ ਹੋ ਗਿਆ। ਲੋਕਾਂ ਨੇ ਬੜੀ ਮੁਸ਼ਕਲ ਬਾਅਦ ਸਵਾਰੀਆਂ ਨੂੰ ਬਾਹਰ ਕੱਢਿਆ ਤੇ ਨਜ਼ਦੀਕ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਦੱਸ ਦਈਏ ਕਿ ਇਸ ਬੱਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਸਨ ਜਿਨ੍ਹਾਂ ਦਾ ਅੱਜ ਪੇਪਰ ਸੀ। ਪੇਪਰ ਦੇਣ ਦੇ ਲਈ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਸਕੂਲ ਜਾ ਰਹੇ ਸੀ, ਤਾਂ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ। ਮਲੋੜ ਦੇ ਫਤਿਹਪੁਰ ਮਨੀਆਂਵਾਲਾ ਤੋਂ ਦਿਉਣ ਖੇੜਾ ਵੱਲ ਇਹ ਮਿੰਨੀ ਬੱਸ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਪਲਟ ਗਈ, ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਦੱਸਦੇ ਕਿ ਅੱਜ ਸੰਘਣੀ ਧੁੰਦ ਦਾ ਕਹਿਰ ਨਜ਼ਰ ਆਇਆ, ਕਈ ਥਾਵਾਂ ਤੇ ਸੜਕੀ ਹਾਦਸੇ ਹੋਏ ਨੇ। ਤਾਂ ਇਹ ਮਿੰਨੀ ਬੱਸ ਜਿਸ ਦੇ ਵਿੱਚ ਸਵਾਰੀਆਂ ਭਰੀਆਂ ਹੋਈਆਂ ਸੀ ਖੇਤ ਵਿੱਚ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਦਿਉਣ ਖੇੜਾ ਰੋਡ ਦੇ ਧੁੰਦ ਹੋਣ ਕਰਕੇ ਸਾਹਮਣੇ ਤੋਂ ਬੱਸ ਨੂੰ ਸਾਈਡ ਦੇਣ ਸਮੇਂ ਇਹ ਬੱਸ ਖੇਤ ਵਿੱਚ ਪਲਟ ਗਈ। ਹਾਲਾਂਕਿ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਪਿੰਡ ਵਾਲਿਆਂ ਨੇ ਦੱਸਿਆ ਕਿ ਸੜਕ ਦੇ ਨਾਲ ਖਾਲੀ ਜਗ੍ਹਾ ਨਾ ਹੋਣ ਕਰਕੇ ਵਹੀਕਲ ਨੂੰ ਸਾਈਡ ਦੇਣਾ ਬੜਾ ਮੁਸ਼ਕਲ ਹੈ, ਜਿਸ ਕਾਰਨ ਇੱਥੇ ਭਿਆਨਕ ਸੜਕੀ ਹਾਦਸਾ ਹੋ ਗਿਆ। ਦਿਉਣ ਖੇੜੇ ਤੋਂ ਮੰਨਿਆਂ ਵਾਲੀ ਸੜਕ 'ਤੇ ਬੱਸ ਪਲਟੀ, ਇਹਦੇ ਵਿੱਚ ਨੁਕਸਾਨ ਹੋਇਆ, ਬੱਚੇ ਸੀ ਛੋਟੇ ਛੋਟੇ, ਅੱਜ ਉਹਨਾਂ ਦਾ ਪੇਪਰ ਸੀ। ਤਾਂ ਅਸੀਂ ਤਾਂ ਇਹ ਬੇਨਤੀ ਕਰਨੇ ਜਿੰਨੇ ਕੁ ਦਿਨ ਧੁੰਦ ਦੇ ਬੱਸਾਂ ਵਾਲੇ ਵੀ ਮੰਨਿਆਂ ਵਾਲੇ ਤੋਂ ਤੱਪੇ ਨੂੰ ਰੋਡ ਚੌੜੀ ਹੈ, ਉਹਨਾਂ ਦਾ ਪਰਮਿਟ ਇੱਥੋਂ ਦਿਉਣ ਖੇੜੇ ਦਾ ਵੀ ਹੈ, ਵੀ ਉਹਨੇ ਕੁ ਦਿਨ ਜਾਂ ਉਹ ਨਹਿਰ ਤੋਂ ਛੱਡ ਕੇ ਉੱਧਰ ਦੀ ਚਲੇ ਜਾਣ ਕਰਨ 'ਤੇ ਬੜੀ ਵਧੀਆ ਜੀ। ਚਲੋ ਅੱਜ ਤਾਂ ਬਚਾਅ ਹੋ ਗਿਆ, ਮਹਾਰਾਜ ਗਾਂ ਤੋਂ ਕੋਈ ਇਹੋ ਜਿਹਾ ਹਾਦਸਾ ਨਾ ਹੋ ਸਕੇ। ਧੁੰਦ ਦਾ ਕਾਰਨ ਹੈ, ਧੁੰਦ ਦੇ ਕਾਰਨ ਪਲਟੀ ਹੈ, ਸੜਕ ਛੋਟੀ ਹੈ ਜੀ, ਤੇ ਅੱਗੋਂ ਬੱਸ ਆ ਗਈ ਤੇ ਬੱਸ ਕਾਰਨ ਧੁੰਦ ਤੇ ਦਿਸੀ ਨੀ ਬੱਸ, ਤੇ ਇਸ ਕਰਕੇ ਪਲਟੀ ਜੀ। ਬੱਸ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਸੀ? ਬੱਸ ਭਰੀ ਸੀ ਜੀ। ਤੇ ਕੋਈ ਜਾਨੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਜੀ? ਮਾਮੂਲੀ ਸੱਟਾਂ ਨੇ ਸਵਾਰੀਆਂ ਨੂੰ, ਕੋਈ ਹੋਰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਸਾਡੇ ਇੱਥੇ ਵਾਰੀ ਲੱਗੀ ਸੀ, ਭਰਾ ਸਾਡਾ ਜੋਰਾ, ਤੇ ਉਹ ਮੌਕੇ ਤੇ ਵਾਰੀ ਲੱਗੀ ਹੋਈ ਸੀ, ਉਹ ਭੱਜ ਕੇ ਆਇਆ ਜਦੋਂ ਉਹਨੇ ਵੇਖਿਆ ਵੀ ਬੱਸ ਪਲਟ ਗਈ ਆ, ਫਿਰ ਉਹਨੇ ਸ਼ੀਸ਼ੇ ਭੰਨੇ, ਫਿਰ ਉਹ ਸਵਾਰੀਆਂ ਬਾਹਰ ਕੱਢੀਆਂ। ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਮਿੰਨੀ ਬੱਸ ਖੇਤ ਵਿੱਚ ਪਲਟ ਗਈ, ਜਿਸ ਦੇ ਨਾਲ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਮਿੰਨੀ ਬੱਸ ਜੋ ਸੰਘਣੀ ਧੁੰਦ ਦੇ ਨਾਲ ਖੇਤ ਵਿੱਚ ਪਲਟ ਗਈ, ਔਰ ਦੂਜਾ ਇਹ ਸੜਕ ਬੇਹੱਦ ਘੱਟ ਚੌੜੀ ਹੈ, ਜਿਸ ਕਰਕੇ ਜੇਕਰ ਅੱਗੇ ਕੋਈ ਵਾਹਨ ਆ ਜਾਂਦਾ ਤਾਂ ਲੰਘਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਤਾਂ ਇੱਕ ਸੰਘਣੀ ਧੁੰਦ ਸੀ ਜਿਸ ਕਰਕੇ ਇਹ ਮਿੰਨੀ ਬੱਸ ਖੇਤ ਵਿੱਚ ਪਲਟ ਗਈ, ਰੌਲਾ ਪੈ ਗਿਆ, ਆਲੇ ਦੁਆਲੇ ਇਕੱਠ ਹੋ ਗਿਆ। ਲੋਕਾਂ ਨੇ ਬੜੀ ਮੁਸ਼ਕਲ ਬਾਅਦ ਸਵਾਰੀਆਂ ਨੂੰ ਬਾਹਰ ਕੱਢਿਆ ਤੇ ਨਜ਼ਦੀਕ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਦੱਸ ਦਈਏ ਕਿ ਇਸ ਬੱਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਸਨ ਜਿਨ੍ਹਾਂ ਦਾ ਅੱਜ ਪੇਪਰ ਸੀ। ਪੇਪਰ ਦੇਣ ਦੇ ਲਈ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਸਕੂਲ ਜਾ ਰਹੇ ਸੀ, ਤਾਂ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ। ਮਲੋੜ ਦੇ ਫਤਿਹਪੁਰ ਮਨੀਆਂਵਾਲਾ ਤੋਂ ਦਿਉਣ ਖੇੜਾ ਵੱਲ ਇਹ ਮਿੰਨੀ ਬੱਸ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਪਲਟ ਗਈ, ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਦੱਸਦੇ ਕਿ ਅੱਜ ਸੰਘਣੀ ਧੁੰਦ ਦਾ ਕਹਿਰ ਨਜ਼ਰ ਆਇਆ, ਕਈ ਥਾਵਾਂ ਤੇ ਸੜਕੀ ਹਾਦਸੇ ਹੋਏ ਨੇ। ਤਾਂ ਇਹ ਮਿੰਨੀ ਬੱਸ
ਜਿਸ ਦੇ ਵਿੱਚ ਸਵਾਰੀਆਂ ਭਰੀਆਂ ਹੋਈਆਂ ਸੀ ਖੇਤ ਵਿੱਚ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਦਿਉਣ ਖੇੜਾ ਰੋਡ ਦੇ ਧੁੰਦ ਹੋਣ ਕਰਕੇ ਸਾਹਮਣੇ ਤੋਂ ਬੱਸ ਨੂੰ ਸਾਈਡ ਦੇਣ ਸਮੇਂ ਇਹ ਬੱਸ ਖੇਤ ਵਿੱਚ ਪਲਟ ਗਈ। ਹਾਲਾਂਕਿ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਪਿੰਡ ਵਾਲਿਆਂ ਨੇ ਦੱਸਿਆ ਕਿ ਸੜਕ ਦੇ ਨਾਲ ਖਾਲੀ ਜਗ੍ਹਾ ਨਾ ਹੋਣ ਕਰਕੇ ਵਹੀਕਲ ਨੂੰ ਸਾਈਡ ਦੇਣਾ ਬੜਾ ਮੁਸ਼ਕਲ ਹੈ, ਜਿਸ ਕਾਰਨ ਇੱਥੇ ਭਿਆਨਕ ਸੜਕੀ ਹਾਦਸਾ ਹੋ ਗਿਆ। ਦਿਉਣ ਖੇੜੇ ਤੋਂ ਮੰਨਿਆਂ ਵਾਲੀ ਸੜਕ 'ਤੇ ਬੱਸ ਪਲਟੀ, ਇਹਦੇ ਵਿੱਚ ਨੁਕਸਾਨ ਹੋਇਆ। ਬੱਚੇ ਸੀ ਛੋਟੇ ਛੋਟੇ, ਅੱਜ ਉਹਨਾਂ ਦਾ ਪੇਪਰ ਸੀ। ਅਸੀਂ ਤਾਂ ਇਹ ਬੇਨਤੀ ਕਰਨੇ ਜਿੰਨੇ ਕੁ ਦਿਨ ਧੁੰਦ ਦੇ ਬੱਸਾਂ ਵਾਲੇ ਵੀ ਮੰਨੀ ਵਾਲੇ ਤੋਂ ਤੱਪੇ ਨੂੰ ਰੋਡ ਚੌੜੀਏ, ਉਹਨਾਂ ਦਾ ਪਰਮਿਟ ਇੱਥੋਂ ਦਿਉਣ ਖੇੜੇ ਦਾ ਵੀ ਹੈ ਵੀ ਉਹਨੇ ਕੁ ਦਿਨ ਜਾਂ ਉਹ ਨਹਿਰ ਤੋਂ ਛੱਡ ਕੇ ਉੱਧਰ ਦੀ ਚਲੇ ਜਾਣ ਕਰਨ 'ਤੇ ਬੜੀ ਵਧੀਆ ਜੀ। ਚਲੋ ਅੱਜ ਤਾਂ ਬਚਾਅ ਹੋ ਗਿਆ, ਮਹਾਰਾਜ ਗਾਂਹ ਤੋਂ ਕੋਈ ਇਹੋ ਜਿਹਾ ਹਾਦਸਾ ਨਾ ਹੋ ਸਕੇ। ਸੱਟਾਂ ਇੱਕ ਦਿਉਣ ਖੇੜੇ ਦੀ ਸਵਾਰੀ ਸੀ, ਸੋਰੀ ਥੂਈ ਖੇੜੇ ਦੀ ਸੀ, ਉਹਦੇ ਥੋੜੀ ਜਿਹੀ ਜ਼ਿਆਦਾ ਸੀ, ਬਾਕੀ ਕਿਸੇ ਦੇ ਕੋਈ ਸਿਰ 'ਤੇ ਮਾਰੀ, ਕਿਸੇ ਦੇ ਨੱਕ 'ਤੇ, ਕਿਸੇ ਦੇ ਬਾਂਹ 'ਤੇ, ਨੋਰਮਲ ਸੱਟਾਂ ਸੀ। ਇਹ ਜੀ ਧੁੰਦ ਦਾ ਕਾਰਨ ਹੈ, ਧੁੰਦ ਦੇ ਕਾਰਨ ਪਲਟੀ ਹੈ, ਸੜਕ ਛੋਟੀ ਹੈ ਜੀ, ਅਤੇ ਅੱਗੋਂ ਬੱਸ ਆ ਗਈ ਅਤੇ ਬੱਸ ਕਾਰਨ ਧੁੰਦ 'ਤੇ ਦਿਸੀ ਨਹੀਂ ਬੱਸ, ਅਤੇ ਇਸ ਕਰਕੇ ਪਲਟੀ ਜੀ। ਬੱਸ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਸੀ? ਬੱਸ ਭਰੀ ਸੀ ਜੀ। ਅਤੇ ਕੋਈ ਜਾਨੀ ਮਾਲੀ ਨੁਕਸਾਨ? ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਜੀ, ਮਾਮੂਲੀ ਮਾਮੂਲੀ ਸੱਟਾਂ ਨੇ ਸਵਾਰੀਆਂ ਨੂੰ, ਕੋਈ ਹੋਰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਸਾਡੇ ਇੱਥੇ ਵਾਰੀ ਲੱਗੀ ਸੀ ਭਰਾ ਸਾਡਾ ਜੋਰਾ, ਅਤੇ ਉਹ ਮੌਕੇ 'ਤੇ ਵਾਰੀ ਲੱਗੀ ਹੋਈ ਸੀ, ਉਹ ਭੱਜ ਕੇ ਆਇਆ ਜਦੋਂ ਉਹਨੇ ਵੇਖਿਆ ਵੀ ਬੱਸ ਪਲਟ ਗਈ ਆ, ਫਿਰ ਉਹਨੇ ਸ਼ੀਸ਼ੇ ਭੰਨੇ, ਫਿਰ ਉਹ ਸਵਾਰੀਆਂ ਬਾਹਰ ਕੱਢੀਆਂ।